ਪਸ਼ੂਆਂ ਤੇ ਹੋ ਰਹੇ ਅਤਿਆਚਾਰ ਨੂੰ ਲੈ ਕੇ ਅਕਾਲੀ ਦਲ ਸੁਤੰਤਰ ਵੱਲੋਂ ਸਿਵਲ ਵੈਟਨਰੀ ਹਸਪਤਾਲ ਦੇ ਡਾਕਟਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਸੁਤੰਤਰ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਇਸ ਮੰਗ ਪੱਤਰ ਨੂੰ ਮੰਤਰੀ ਗੁਰਮੀਤ ਸਿੰਘ ਖੁੱਡੀਆ ਤੱਕ ਪਹੁੰਚਾਇਆ ਜਾਵੇ ਤਾਂ ਕਿ ਪਸ਼ੂਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਪਸ਼ੂਆਂ ਤੇ ਹੋ ਰਹੇ ਅਤਿਆਚਾਰ ਖਿਲਾਫ਼ ਕੋਈ ਢੁੱਕਵਾਂ ਕਦਮ ਨਾ ਚੁੱਕਿਆ ਗਿਆ ਤਾਂ ਉਹ ਵੱਡਾ ਸੰਘਰਸ਼ ਕਰਨਗੇ। ਸਤਿੰਦਰ ਕੁਮਾਰ ਦੀ ਰਿਪੋਰਟ। ਜੇ ਤੁਸੀਂ ਜਿਹੜਾ ਹੈਗਾ ਹਸਪਤਾਲ, ਜਿਹੜੇ ਪਸ਼ੂ ਹਸਪਤਾਲ 'ਚ ਪਹੁੰਚੇ ਹੋ, ਇੱਥੇ ਅਤੇ ਕੀ ਮਕਸਦ ਹੈ ਅਤੇ ਕੀ ਜਿਹੜਾ ਸਿੰਘ ਅਫਸਰਾਂ ਨੇ ਪ੍ਰਸਤਾਵ ਮੰਗਵਾਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਸ਼ਹਿਰ ਨਾਭੇ ਦੇ ਵਿੱਚ ਜਿਹੜਾ ਵੈਟਰਨਰੀ ਹਸਪਤਾਲ ਤੁਸੀਂ ਨਾਭੇ ਦਾ, ਉੱਥੇ ਜਿਹੜੇ ਸੰਬੰਧਿਤ ਅਫਸਰ ਡਾਕਟਰ ਰਮਨ ਉਹ ਸਾਨੂੰ ਮਿਲੇ ਨੇ। ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਵੀ ਸਾਡਾ ਮੰਗ ਪੱਤਰ ਤੁਹਾਡੇ ਉੱਪਰ ਅਫਸਰਾਂ ਤੱਕ ਅਤੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਤੱਕ ਪਹੁੰਚਾਓ ਜਿਨ੍ਹਾਂ ਦੇ ਕੋਲ ਨਾਲ ਪਸ਼ੂ ਪਾਲਣ ਮਹਿਕਮਾ ਵੀ ਹੈ, ਤਾਂ ਕਿ ਜਿਹੜਾ ਅਣਮਨੁੱਖੀ ਅੱਤਿਆਚਾਰ ਪਸ਼ੂਆਂ 'ਤੇ ਹੋ ਰਿਹਾ ਕਿ ਸ਼ਹਿਰਾਂ ਦੇ ਵਿੱਚ ਪਸ਼ੂਆਂ ਦੇ ਰਹਿਣ ਲਈ ਸਿਰਫ ਦੋ ਕਮਰੇ ਹੁੰਦੇ ਨੇ, ਇੱਕ ਕਮਰਾ ਉਹਦੇ 'ਚ ਹੁੰਦਾ ਉਹ ਸਿਰਫ ਇੱਕ ਜਾਂ ਦੋ ਪਸ਼ੂ ਬੰਨਣ ਦਾ, ਉਹ 'ਚ ਤਿੰਨ ਜਾਂ ਚਾਰ ਤੱਕ ਪਸ਼ੂ ਫਸਾਏ ਵੀ ਅਸੀਂ ਦੇਖੇ ਨੇ। ਵਾਰੋ ਵਾਰੀ ਜਿਵੇਂ ਬੰਦਾ ਇਹਨੂੰ ਗਿਆਨ ਹੁੰਦਾ ਕਿ ਅਸੀਂ ਵਾਰੀ ਵਾਰੀ ਦਮ ਲੈਣਾ ਬੈਠਣਾ, ਆਹ ਹਾਲਾਤ ਪਸ਼ੂਆਂ ਨਾਲ ਅਸੀਂ ਕਰ ਰਹੇ ਹਾਂ, ਅਸੀਂ ਉੱਥੇ ਧਰਮੀ ਵੀ ਨਹੀਂ ਰਹਿੰਦੇ, ਬੜੇ ਦੁੱਖ ਨਾਲ ਕਹਿਣਾ ਪੈਂਦਾ। ਇਹ ਮੁੱਦਾ ਅਸੀਂ ਇਸ ਕਰਕੇ ਸਰਕਾਰਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਵੀ ਜਿਹੜੀ ਧਾਰਾ, ਜਿਵੇਂ ਹੁਣ ਕੋਈ ਲੜਾਈ ਝਗੜਾ ਹੋ ਜੇ ਸਾਡੇ 'ਤੇ ਤਾਂ ਪਰਚਾ ਹੋ ਜਾਂਦਾ ਥਾਣਿਆਂ 'ਚ, ਵੀ ਇਹਦੇ ਲਈ ਵੀ ਕੋਈ ਐਕਟ ਹੋਣਾ, ਉਹਦੇ ਐਕਟ ਦੇ ਤਹਿਤ ਇਹਨਾਂ ਲੋਕਾਂ ਨੂੰ ਗਿਆਨ ਦਿਓ, ਕਹੋ ਵੀ ਨਹੀਂ ਬਈ ਇਹ ਕੰਮ ਨਹੀਂ ਚੱਲਣਾ ਹੈ। ਪਸ਼ੂਆਂ ਦਾ ਹੈਰਾਨ ਹੋਣਗੇ ਕਿ ਦੁਧਾਰੂ ਪਸ਼ੂ ਖਰੀਦ ਕੇ ਲਿਆਉਂਦੇ ਨੇ ਲੋਕ, ਜਿੰਨੀ ਦੇਰ ਦੁੱਧ ਦਿੰਦਾ ਉੱਨੀ ਦੇਰ ਉਹ ਰੱਖਣਾ, ਉੱਨੀ ਦੇਰ ਉਹ ਅੰਦਰੇ ਤਾੜ ਕੇ ਰੱਖਣਾ, ਉਹਨੂੰ ਧੁੱਪ ਵੀ ਨਹੀਂ ਲੱਗਣ ਦੇਣੀ, ਉਹਦੀ ਚਾਮੜੀ ਐਨ ਬਿਲਕੁਲ ਚਿੱਟੀ ਹੋ ਜਾਂਦੀ ਹੈ, ਜਦੋਂ ਉਹ ਦੁੱਧੋਂ ਹਟ ਗਿਆ ਫਿਰ ਉਹਨੂੰ ਬਾਹਰ ਕੱਢਣਾ, ਧੁੱਪ ਦਿਖਾਉਣੀ ਹੈ। ਇਹ ਜਿਹੜਾ ਅੱਤਿਆਚਾਰ ਹੈ ਅਸੀਂ ਬਰਦਾਸ਼ਤ ਨਹੀਂ ਕਰਦੇ, ਇਸ ਲਈ ਇਹਨਾਂ ਦੇ ਥਰੂ ਸ਼ੁਰੂ ਕਰਿਆ ਸੀ ਇਹ ਕੰਮ। ਜੇ ਸਰਕਾਰਾਂ ਨੇ ਨਾ ਧਿਆਨ ਦਿੱਤਾ ਇਸ ਲੜਾਈ ਨੂੰ ਅਸੀਂ ਵੱਡੇ ਪੱਧਰ 'ਤੇ ਲੜਾਂਗੇ, ਜਿਹਦੀ ਇੱਥੋਂ ਦੇ ਸੰਬੰਧਿਤ ਅਫਸਰਾਂ ਦੀ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਮੈਨੂੰ ਆਸ ਹੈ ਕਿ ਸਾਰੇ ਹੀ ਆਪਾਂ ਧਰਮੀ ਕਹਾਉਂਦੇ ਹਾਂ, ਜੇ ਧਰਮਾਂ ਵਾਲੀ ਗੱਲ ਹੈ ਤਾਂ ਜਿਵੇਂ ਹੋਰ ਪਸ਼ੂਆਂ ਦਾ ਆਪਾਂ ਖਿਆਲ ਰੱਖਦੇ ਹਾਂ, ਇੱਧਰ ਵੀ ਵਿਸ਼ੇਸ਼ ਤੌਰ 'ਤੇ ਧਿਆਨ ਦਈਏ। ਦੁਧਾਰੂ ਪਸ਼ੂ ਨੇ ਦੁੱਧ ਲੈਂਦੇ ਹਾਂ, ਫਿਰ ਉਹਨਾਂ ਨੂੰ ਜੋ ਉਹਨਾਂ ਦੀਆਂ ਸਹੂਲਤਾਂ ਨੇ ਉਹ ਵੀ ਦੇਣੀਆਂ ਬਣਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਮੇਰੇ ਕੋਲ ਪਰਮਜੀਤ ਸਹੋਲੀ ਜੀ, ਕੌਮੀ ਪ੍ਰਧਾਨ ਅਕਾਲੀ ਦਲ ਸੁਤੰਤਰ ਜੀ ਆਏ ਨੇ, ਇੱਕ ਮੰਗ ਪੱਤਰ ਲੈ ਕੇ ਆਏ ਨੇ ਕਿ ਪਸ਼ੂਆਂ ਉੱਤੇ ਜੋ ਰੂਟੀਨ ਦੇ ਵਿੱਚ ਅੱਤਿਆਚਾਰ ਹੋ ਰਿਹਾ ਹੈਗਾ, ਇਹਨਾਂ ਦੀ ਇੱਕ ਸਹੀ ਸੋਚ ਹੈ। ਇਹ ਕਹਿਣਾ ਚਾਹੁੰਦੇ ਨੇ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਜੋ ਡੰਗਰ ਰੱਖੇ ਹੁੰਦੇ ਨੇ ਉਹਨਾਂ ਦੇ ਵਾਸਤੇ ਪ੍ਰੋਪਰ ਜਗ੍ਹਾ ਨਹੀਂ ਹੁੰਦੀ। ਦੇਖਦੇ ਹਾਂ ਕਿ ਜੇ ਡੰਗਰ ਦੋ ਰੱਖੇ ਹੁੰਦੇ ਨੇ ਪਰ ਜਗ੍ਹਾ ਇੱਕ ਡੰਗਰ ਦੀ ਹੁੰਦੀ ਹੈਗੀ ਤਾਂ ਡੰਗਰ ਨੂੰ ਬੈਠਣ ਵਾਸਤੇ ਦਿੱਕਤ ਆਉਂਦੀ ਹੈਗੀ। ਤੋ ਇਹ ਮੇਰੇ ਕੋਲ ਅੱਜ ਰਿਟਰਨ ਦੇ ਵਿੱਚ ਇਹ ਮੰਗ ਲੈ ਕੇ ਆਏ ਨੇ, ਇਹਨਾਂ ਦੀ ਮੰਗ ਨੂੰ ਅਸੀਂ ਜ਼ਰੂਰ ਆਪਣੇ ਹਾਇਰ ਅਥੋਰਟੀ ਤੱਕ ਪਹੁੰਚਾਵਾਂਗੇ ਅਤੇ ਜਿੰਨੀ ਤੋਂ ਜਿੰਨੀ ਜਲਦੀ ਜੋ ਇਹਦੇ ਉੱਪਰ ਐਸ ਪਰ ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਹੁੰਦੀ ਹੈਗੀ ਉਸ ਤਰ੍ਹਾਂ ਦਾ ਅਸੀਂ ਕਰਨ ਲਈ ਤਿਆਰ ਹਾਂ। ਕਾਨੂੰਨ ਇੱਦਾਂ ਜੀ, ਐਨੀਮਲ ਟੂ ਕੁਆਲਿਟੀ ਐਕਟ ਦੇ ਅਧੀਨ ਆਪਾਂ ਜੇ ਕੋਈ ਵੀ ਫਾਰਮਰ ਕਿਸੇ ਐਨੀਮਲ ਨੂੰ ਰੱਖਦਾ ਗਾ ਤਾਂ ਇਹ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਐਨੀਮਲ ਨੂੰ ਪ੍ਰੋਪਰ ਉਹਦਾ ਖਾਣ ਪੀਣ ਅਤੇ ਉਹਨੂੰ ਬੈਠਣ ਲਈ ਜਗ੍ਹਾ ਅਤੇ ਉਹਦੇ ਲਈ ਹਵਾਦਾਰ ਜਗ੍ਹਾ ਜ਼ਰੂਰੀ ਹੈਗੀ। ਅਤੇ ਇਹ ਐਨੀਮਲ ਟੂ ਕੁਆਲਿਟੀ ਐਕਟ ਦੇ ਅਧੀਨ ਜੋ ਵੀ ਰੂਲਾਂ ਮੁਤਾਬਕ ਬਣੂਗਾ ਤਾਂ ਉਹ ਕਾਰਵਾਈ ਉਹਦੇ ਉੱਤੇ ਕਰ ਸਕਦਾ। ਤੁਹਾਡੇ ਅਧੀਨ ਜਿਹੜਾ ਹਲਕਾ ਹੁੰਦਾ ਨਾਭਾ ਜਾਂ ਪਿੰਡ, ਉਹਨਾਂ ਅੰਦਰ ਕੋਈ ਚੈਕਿੰਗ ਵਗੈਰਾ ਉਹਨਾਂ ਨੇ ਸਮਝ ਕੇ ਹੁੰਦਾ ਕਿ ਜਾਂ ਤੁਸੀਂ ਕਰਦੇ ਰਹਿੰਦੇ? ਮੇਰੀ ਜੋ ਉਰੇ
ਮੈਂ ਇੰਚਾਰਜ ਹੈਗਾ ਵੈਟਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਨਾਭਾ। ਸਾਡੇ ਕੋਲ ਜੋ ਤਹਿਸੀਲ ਲੈਵਲ ਦੇ ਅਫਸਰ ਹੁੰਦੇ ਨੇ ਸੀਨੀਅਰ ਵੈਟਨਰੀ ਅਫਸਰ, ਉਹਨਾਂ ਦੀ ਪੋਸਟ ਹਜੇ ਖਾਲੀ ਹੈ ਜੀ। ਰੀਸੈਂਟਲੀ ਹੁਣੇ 30 ਤਰੀਕ ਨੂੰ 30 ਜੂਨ ਨੂੰ ਸਾਡੇ SP ਸਾਹਿਬ ਰਿਟਾਇਰ ਹੋਏ ਨੇ, ਅਤੇ ਜਦੋਂ ਵੀ ਕੋਈ ਨਵਾਂ ਅਫਸਰ ਕੋਈ ਅਪੁਆਇੰਟਮੈਂਟ ਹੁੰਦਾ ਗਾ ਤਾਂ ਉਹਨਾਂ ਦੇ ਵਿੱਚ ਅਧਿਕਾਰ ਖੇਤਰ ਵਿੱਚ ਇਹ ਆ ਜਾਂਦਾ ਗਾ, ਤਾਂ ਉਹ ਸਾਰੀ ਤਹਿਸੀਲ ਦੇ ਵਿੱਚ ਇਸ ਰੂਲ ਨੂੰ ਕਹਿ ਸਕਦੇ ਨੇ, ਚੈੱਕ ਕਰ ਸਕਦੇ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।